ਬਰਗਰ ਸਿੰਘ ਕੀ ਦੱਸੋ, ਸਿੰਘ ਦਾ ਮਤਲਬ ਕੀ ਹੈ? ਇਹ ਚੀਜ਼ ਦਾ ਮੈਨੂੰ ਪਤਾ ਨਾ ਵਾ, ਸਿੰਘ ਕਿਸੇ ਦਾ ਇੱਕ ਦਾ ਨਾਂ ਨਹੀਂ ਆ, ਸਿੰਘ ਇੱਕ ਗੋਤ ਆ, ਸਿੰਘ ਇੱਕ ਜਾਤ ਆ, ਠੀਕ ਆ। ਸਿੰਘ ਉਹ ਆ ਜਿਹੜਾ ਬਾਣੀ ਦੇ ਬਾਣੀ ਦਾ ਪੂਰਾ ਆ, ਉਹਨੂੰ ਕਹਿੰਦੇ ਆ ਸਿੰਘ। ਸ਼ਹੀਦ ਸਿੰਘ ਆ ਸਾਡੇ, ਸਾਡੇ ਸਿੰਘ ਆ, ਨਿਹੰਗ ਸਿੰਘ ਆ, ਇਹ ਸਿੰਘ ਹੁੰਦੇ ਆ। ਇਹ ਦੱਲੇ ਮੱਲੇ ਜਿਹੜਾ ਮਰਜ਼ੀ ਉੱਡ ਕੇ ਕੋਈ ਪਰੌਂਠੇ ਦਾ ਨਾਂ ਲੇਤਾ ਸਿੰਘ, ਕਿਸੇ ਨੇ ਕੋਈ ਬਰਗਰ ਦਾ ਨਾਂ ਲੇਤਾ ਸਿੰਘ। ਆਹੋ ਪੁਰਾਣੇ ਵੀ ਲਾਉਂਦੇ ਆ, ਸ਼ਾਮ ਤੋਂ ਪਹਿਲਾਂ ਪਹਿਲਾਂ 5 ਵਜੇ ਤੋਂ ਪਹਿਲਾਂ ਪਹਿਲਾਂ ਮੈਨੂੰ ਲਾ ਦਿਓ ਸਾਰੇ, ਟਾਈਮ ਦੀ ਲੋੜ ਨਾ ਪਵੇ। ਇੱਕ ਰੈਸਟੋਰੈਂਟ ਦਾ ਨਾਂ ਪੀਜ਼ਾ ਕਿੰਗ ਪਰੌਂਠਾ ਸਿੰਘ ਰੱਖਣ ਤੋਂ ਬਾਅਦ ਵਿਵਾਦ ਹੋ ਗਿਆ। ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ। ਬੁੱਢਾ ਦਲ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਰੈਸਟੋਰੈਂਟ ਤੇ ਪਹੁੰਚ ਗਈਆਂ। ਦਰਅਸਲ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਇੱਕ ਰੈਸਟੋਰੈਂਟ ਖੁੱਲਿਆ ਜਿਸ ਦਾ ਨਾਂ ਪੀਜ਼ਾ ਕਿੰਗ ਪਰੌਂਠਾ ਸਿੰਘ ਰੱਖਿਆ ਸੀ ਅਤੇ ਇਸ ਰੈਸਟੋਰੈਂਟ ਦੇ ਨਾਮ ਦੇ ਨਾਲ ਸਿੰਘ ਲਾਉਣ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ। ਉਹਨਾਂ ਨੇ ਕਿਹਾ ਕਿ ਸਿੰਘ ਦਾ ਮਤਲਬ ਸ਼ੇਰ ਹੁੰਦਾ ਹੈ ਤੇ ਤੁਸੀਂ ਇਹ ਸ਼ਬਦ ਆਪਣੇ ਰੈਸਟੋਰੈਂਟ ਦੇ ਨਾਮ ਦੇ ਨਾਲ ਪਰੌਂਠੇ ਦੇ ਨਾਲ ਨਹੀਂ ਲਾ ਸਕਦੇ। ਜਿਸ ਤੋਂ ਬਾਅਦ ਰੈਸਟੋਰੈਂਟ ਦੇ ਓਨਰ ਨੂੰ ਬੁਲਾਇਆ ਗਿਆ। ਹਾਲਾਂਕਿ ਦੋਹਾਂ ਦੇ ਵਿੱਚ ਤਿੱਖੀ ਬਹਿਸ ਵੀ ਹੋਈ, ਫੋਨ ਤੇ ਵੀ ਇੱਕ ਦੂਜੇ ਦੇ ਨਾਲ ਬਹਿਸ ਹੋਈ, ਜਿਸ ਤੋਂ ਬਾਅਦ ਰੈਸਟੋਰੈਂਟ ਦਾ ਓਨਰ ਪਹੁੰਚਿਆ ਤੇ ਉਸ ਨੇ ਬਾਅਦ ਦੇ ਵਿੱਚ ਨਿਹੰਗ ਸਿੰਘਾਂ ਦੀ ਗੱਲ ਮੰਨ ਲਈ ਅਤੇ ਆਪਣੇ ਰੈਸਟੋਰੈਂਟ ਦੇ ਨਾਮ ਦੇ ਨਾਲ ਪਰੌਂਠੇ ਦੇ ਨਾਮ ਤੋਂ ਸਿੰਘ ਹਟਾ ਦਿੱਤਾ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਉਸਨੇ ਕਿਹਾ ਕਿ ਅਸੀਂ ਸਟicker ਚੇਂਜ ਕਰਾਵਾਂਗੇ ਤੇ ਨਾਲ ਹੀ ਇਸ ਸੰਬੰਧੀ ਮਾਫੀ ਵੀ ਮੰਗੀ ਹੈ। ਹਾਂਜੀ ਭਾਜੀ, ਭਾਵੇਂ ਫੁੱਲ ਵੈਜੀਟੇਰੀਅਨ ਆ, ਹੁਣ ਆਪਾਂ ਇੱਕ ਚੀਜ਼ ਦੱਸੋ ਮੈਨੂੰ, ਸਿੰਘ ਦਾ ਜਿਹੜਾ ਮਤਲਬ ਆ, ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ? ਸਿੰਘ ਦਾ ਮਤਲਬ ਸ਼ੇਰ ਹੁੰਦਾ। ਮਹਾਰਾਜ ਜੀ ਮੇਰੀ ਬੇਨਤੀ ਸੁਣੋ, ਫਾਰਸੀ ਦਾ ਲਫ਼ਜ਼ ਆ ਸਿੰਘ, ਸਿੰਘ ਦਾ ਨਾਮ ਸ਼ੇਰ ਆ, ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ ਬਰਗਰ ਬਣ ਜਾਣਗੇ? ਨਹੀਂ, ਬਿਨਾਂ ਗੱਲ ਤੋਂ ਕੀ ਤੁਸੀਂ ਮੈਨੂੰ ਕਲੈਰੀਫਾਈ ਕਰੋ ਕਿ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ? ਉੱਚੀ ਚ ਕਰ ਲਾ ਮੇਰਾ ਵੀਰ ਇੱਥੇ ਰੈਸਟੋਰੈਂਟ ਚ ਆ, ਮੇਰਾ ਵੀਰ ਰੈਸਟੋਰੈਂਟ ਚ ਆ, ਪ੍ਰੈਸ ਵਾਲੇ ਆਏ ਬੈਠੇ ਆ, ਮੈਂ ਵੀ ਪਿਆਰ ਨਾਲ ਗੱਲ ਕਰਨ ਡਿਆ, ਮੈਂ ਰੈਸਟੋਰੈਂਟ ਚ ਬੈਠਾ, ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ, ਇੱਥੇ ਆ ਜਾਓ, ਮੈਂ ਕਹਿ ਰਿਹਾ ਇੱਥੇ ਆ ਜਾਓ, ਆਰਾਮ ਨਾਲ ਗੱਲ ਕਰ ਲੈਣੇ, ਪਹੁੰਚੋ ਇੱਥੇ ਭਾਈ ਸਾਹਿਬ। 6 ਮਹੀਨੇ ਚ ਨਹੀਂ ਆਉਣਾ, ਆਪਾਂ ਬੈਠੇ ਹੁਣ ਬੈਠੇ ਆ, ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ, ਇੱਕ ਪਾਸੇ ਆਪਾਂ ਗਲਤੀ ਕੀਤੀ, ਹੈ ਫਰੋਰੇ ਦੂਜੇ ਬੰਦੇ ਦੀ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ। ਹਾਂ ਠੀਕ ਆ, ਤੁਸੀਂ ਰਿਕਾਰਡਿੰਗ ਦੱਸ ਕਰੋ ਪਰ ਮੈਨੂੰ ਇਹ ਦੱਸੋ ਕਿ ਇਹ ਚੀਜ਼ ਸਹੀ ਆ, ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ। ਭਾਜੀ ਭਾਵੇਂ ਵੈਜੀਟੇਰੀਅਨ ਹੋ ਜੇ, ਭਾਵੇਂ ਨੋਨ ਵੈਜੀਟੇਰੀਅਨ ਹੋ ਜੇ, ਮੇਰੀ ਬੇਨਤੀ ਸੁਣੋ ਇੱਕ ਵਾਰੀ, ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੋਨ ਵੈਜੀਟੇਰੀਅਨ ਹੋ ਜੇ, ਪਰ ਨਾਂ ਕਿਉਂ ਰੱਖੀ ਆਪਾਂ? ਦੇਖ ਮੇਰੀ ਗੱਲ ਸੁਣੋ ਯਾਰ, ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ, ਸਿੰਘ ਦਾ ਨਾਂ ਸ਼ੇਰ ਦਾ ਆ, ਆਪਣੇ ਸਿੰਘਾਂ ਦਾ ਨਾਂ ਆ, ਆਪਾਂ ਕਿਸੇ ਦੂਜੀ ਵਸਤੂ ਦਾ, ਖਾਣ ਵਾਲੀ ਵਸਤੂ ਦਾ ਨਾਂ ਕਿੱਦਾਂ ਰੱਖ ਦਾਂਗੇ? ਭਾਈ ਸਾਹਿਬ ਸਿੰਘਾਂ ਦੇ ਨਾਂ ਤੇ ਹੁੰਦੇ, ਇਕੱਲਾ ਸਿੰਘ ਦੇ ਨਾਂ ਤੇ ਨਹੀਂ ਹੁੰਦਾ। ਤੁਸੀਂ ਦੱਸੋ ਪੰਜਾਬ ਦੇ ਵਿੱਚ, ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ, ਵੇਖੋ ਜਵਾਬ ਦਿਓ ਮੈਨੂੰ ਜਵਾਬ ਦਿਓ। ਜਤਿੰਦਰ ਸਿੰਘ ਅਕਾਲੀ ਨਾਂ ਮੇਰਾ, ਜਤਿੰਦਰ ਸਿੰਘ ਅਕਾਲੀ ਬੁੱਢਾ ਦਲ ਤੋਂ ਬੋਲਦਾ ਆ, ਅਕਾਲੀ ਫੁੱਲਾ ਸਿੰਘ ਸਾਡਾ ਹੈੱਡਕੁਆਟਰ ਆ, ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਦੇ ਲਾਗੇ, ਠੀਕ ਆ। ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਪਰੌਂਠਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ? ਹੈਲੋ, ਇਹ ਪਊ ਕਿਹੜੀ ਕੰਟਰੀ ਆ? ਇਹ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਹੈ।
ਰੋਕਿਆ ਤੇ ਤੁਹਾਨੂੰ ਖੁਦ ਨੂੰ ਨਹੀਂ ਸ਼ਰਮ ਨਹੀਂ ਆਈ? ਤੁਸੀਂ ਉਹ ਗੱਲ ਕਰੋ ਜਿਹਦਾ ਤੁਸੀਂ ਕਿਹਾ ਕਿ ਜਿਹਨੇ ਸਾਨੂੰ ਸਲਾਹ ਦਿੱਤੀ ਆ, ਹਾਂ ਸਿੰਘ ਕਹਿੰਦੇ ਪਹਿਲਾਂ ਉਹਦਾ ਗੱਲ ਕਰੀਏ। ਮੈਂ ਤਾਂ ਕਮਾਲ ਹੋਈ ਪਈ ਆ, ਬੰਦਾ ਸਰਦਾਰ ਬੰਦਾ ਹੋਵੇ ਕਹਿੰਦਾ ਵੀ ਇਹ ਬਰਗਰ ਸਿੰਘ ਵੀ ਨਾਂ ਰੱਖਿਆ ਸੀ। ਮੇਰੀ ਗੱਲ ਸੁਣੀ, ਇੱਕ ਮਿੰਟ ਗੱਲ ਕਰੀ, ਉਹ ਆਏ ਤੁਹਾਡਾ ਆਪਣਾ ਇਹ ਵੀ ਤੁਹਾਡਾ ਆਪਣਾ ਆ? ਤੁਸੀਂ ਸਰਦਾਰ ਸਿੰਘ ਹੋ, ਕਿੱਸਾ ਧਾਰੀ ਹੋ ਤੇ ਮਹਾਰਾਜ ਜੀ ਆਪ ਜੀ ਨੇ ਕਿੱਥੋਂ ਇਹ ਚੀਜ਼ਾਂ ਦੀ ਗਿਆਨ ਲਿਆ ਕਿ ਆਪਾਂ ਸਿੰਘ ਪਰੌਂਠਾ ਦਾ ਨਾਮ ਵੀ ਸਿੰਘ ਰੱਖ ਸਕਦੇ ਹਾਂ ਤੇ ਬਰਗਰ ਦਾ ਨਾਮ ਵੀ ਸਿੰਘ ਰੱਖ ਸਕਦੇ ਹਾਂ? ਜਿੰਨੀ ਵੀ ਪੁਰਾਣੀ ਹੋਵੇ ਤੇ ਮਨ ਮੂਰਤ ਆ ਨਾ, ਸਾਨੂੰ ਪਤਾ ਅੱਜ ਲੱਗਾ, ਅਸੀਂ ਦੇਖਿਆ ਤੇ ਸਾਨੂੰ ਤਾਂ ਪਤਾ ਅੱਜ ਲੱਗਾ। ਹੁਣ ਮੰਨ ਲਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੰਘਾਂ ਨੂੰ ਸ਼ਹਾਦਤ ਦੇ ਕੇ ਫਿਰ ਨਾਂ ਸਿੰਘ ਦਾ ਦਿੱਤਾ ਆ, ਤੇ ਤੁਸੀਂ ਪਰੌਂਠੇ ਦਾ ਨਾਮ ਵੀ ਸਿੰਘ ਲਾਤਾ, ਬਰਗਰ ਦਾ ਨਾਮ ਵੀ ਸਿੰਘ ਲਾਤਾ, ਇਹ ਕਿੱਥੋਂ ਦੀ ਵਡਿਆਈ ਆ ਫੌਜੋ? ਇਹ ਪੰਜਾਬੀਆਂ ਦੀ ਮਸ਼ਹੂਰ ਪੰਜਾਬੀ 'ਚ ਰੱਖੋ ਨਾ ਸਿੰਘ, ਤੁਸੀਂ ਗੁਰਸਿੱਖ ਪਰਿਵਾਰ 'ਚੋਂ ਬਿਲੋਂਗ ਕਰਦੇ ਹੋ? ਤੁਸੀਂ ਗੁਰਸਿੱਖ ਪਰਿਵਾਰ 'ਚੋਂ ਬਿਲੋਂਗ ਕਰਦੇ ਹੋ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਇਹ ਦੱਸੋ ਮੈਨੂੰ। ਕਿਉਂ ਮੇਰੀ ਗੱਲ ਸੁਣੋ, ਇਹ ਪੰਜਾਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨੀਅਰ ਬਿਲਕੁਲ, ਹੁਣ ਜਿਹੜੇ ਲੋਕ ਪੰਜਾਬੀ ਆ ਉਹਨਾਂ ਨੂੰ ਇਹੀ ਮੂਰਖੀਆਂ ਸਾਡੇ ਨੇ ਹੈਗੇ ਸਿੰਘਾਂ ਦੀਆਂ ਸ਼ੋਪਾਂ ਨਹੀਂ ਹੈਗੀਆਂ, ਸਾਡੇ ਪੰਜਾਬੀ ਸਰਦਾਰਾਂ ਦੀਆਂ ਸ਼ੋਪਾਂ ਨਹੀਂ ਹੈਗੀਆਂ, ਉਹ ਨਾ ਦੇਖ ਸਕਣ ਇਹ ਚੀਜ਼ਾਂ। ਬਾਹਰ ਦਾ ਬੰਦਾ ਆ ਕੇ ਥਰਡ ਪਾਰਟੀ ਆ ਕੇ ਪੰਜਾਬ 'ਚ ਐਂਟਰ ਕਰਕੇ ਤੇ ਆਪਣੇ ਜਿਹੜਾ ਮੈਨੂ ਦਾ ਨਾਂ ਰੱਖੇ ਬਰਗਰ ਸਿੰਘ ਜਾਂ ਪਰੌਂਠਾ ਸਿੰਘ, ਤੇ ਕਿੱਡੀ ਕੁ ਕਰਤੂਤ ਹੈ ਯਾਰ, ਦੱਸੋ ਮੈਨੂੰ। ਕਿੱਥੋਂ ਦੇ ਹੋ ਤੁਸੀਂ? ਕਿੱਥੇ ਮੈਂ ਦੱਸ ਰਿਹਾ, ਕਿੱਥੋਂ ਸੰਥਿਆ ਲਈ ਤੁਸੀਂ ਇਹ ਚੀਜ਼ਾਂ ਦੀ? ਕਿਹਨੇ ਤੁਹਾਨੂੰ ਗਿਆਨ ਦਿੱਤਾ ਕਿ ਪਰੌਂਠੇ ਦਾ ਨਾਮ ਵੀ ਸਿੰਘ ਰੱਖ ਸਕਦੇ ਤੇ ਬਰਗਰ ਦਾ ਨਾਮ ਵੀ ਸਿੰਘ ਰੱਖ ਸਕਦੇ? ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀਆਂ ਸਿੰਘਾਂ ਨੂੰ ਪਾਵਰਾਂ ਦਿੱਤੀਆਂ ਆ,